ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਦੀਪਿਕਾ ਖੋਸਲਾ ਤੇ ਇੱਕ ਵਾਰ ਫਿਰ ਹਾਜ਼ਰ ਹਾਂ ਨਿਊਜ਼ ਦਿਸ ਵੀਕ ਪ੍ਰੋਗਰਾਮ ਦੇ ਨਾਲ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਹਫਤੇ ਦੀਆਂ ਖਾਸ ਖਬਰਾਂ ਦਾ ਜ਼ਿਕਰ ਕਰਾਂਗੇ। ਸ਼ੁਰੂਆਤ ਪੰਚਾਇਤੀ ਚੋਣਾਂ ਦੀ ਕਰਨੀ ਬਣਦੀ ਹੈ, ਕਿਉਂਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਹਫਤੇ ਜਿਸ ਤਰੀਕੇ ਦੇ ਹੰਗਾਮੇ ਦੇਖਣ ਨੂੰ ਮਿਲੇ ਨੇ ਔਰ ਗੋਲੀਆਂ ਤੱਕ ਚੱਲ ਗਈਆਂ, ਇੱਟਾਂ ਵੱਟੇ ਤੱਕ ਵਰਾਏ ਗਏ, ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਵੀ ਜ਼ਬਰਦਸਤ ਹੰਗਾਮਾ ਜੋ ਹੈ ਉਹ ਵੱਖ ਵੱਖ ਥਾਵਾਂ ਉੱਤੇ ਦੇਖਣ ਨੂੰ ਮਿਲਦਾ ਹੈ ਔਰ ਵਿਰੋਧੀ ਧਿਰਾਂ ਦੇ ਵੱਲੋਂ ਇੱਕ ਵਾਰ ਫਿਰ ਪ੍ਰਸ਼ਾਸਨ ਤੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜ਼ੀਰਾ ਖਾਸਾ ਚਰਚਾ ਦੇ ਵਿੱਚ ਰਿਹਾ ਪਿਛਲੇ ਹਫ਼ਤੇ, ਕੁਲਬੀਰ ਜ਼ੀਰਾ ਜ਼ਖਮੀ ਹੁੰਦੇ ਨੇ, 750 ਦੇ ਕਰੀਬ ਅਣਪਛਾਤਿਆਂ ਦੇ ਉੱਤੇ ਪਰਚਾ ਤੱਕ ਦਰਜ ਕਰ ਦਿੱਤਾ ਜਾਂਦਾ ਹੈ, ਮੋਗਾ ਦੇ ਵਿੱਚ ਪਰਚੇ ਪਾੜ ਦਿੱਤੇ ਜਾਂਦੇ ਨੇ, ਨਾਮਜ਼ਦਗੀ ਪੱਤਰ ਭਰਨ ਤੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਰੋਕਿਆ ਗਿਆ, ਇਹ ਵਿਰੋਧੀ ਧਿਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ। ਮਜੀਠਾ ਦੇ ਵਿੱਚ ਵੀ ਵੀਡੀਓਜ਼ ਲਗਾਤਾਰ ਬਿਕਰਮ ਮਜੀਠੀਆ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਉੱਥੇ ਧੱਕੇਸ਼ਾਹੀ ਜੋ ਹੈ ਉਹ ਸੱਤਾ ਧਿਰ ਦੇ ਵੱਲੋਂ ਕਰਵਾਈ ਜਾ ਰਹੀ ਹੈ। ਤਸਵੀਰਾਂ ਵੀ ਤੁਹਾਨੂੰ ਅਸੀਂ ਨਾਲ ਦੇ ਨਾਲ ਦਿਖਾ ਰਹੇ ਹਾਂ ਕਿ ਕਿਹੋ ਜਿਹੇ ਹਾਲਾਤ ਇਸ ਹਫ਼ਤੇ ਬਣੇ ਰਹੇ ਨੇ ਔਰ ਇਸ ਸਭ ਨੂੰ ਲੈ ਕੇ ਇੱਕ ਇੱਕ ਭੇਤ ਜੋ ਹੈ ਉਹ ਦਲਜੀਤ ਚੀਮਾ ਹੁਣਾਂ ਦੇ ਵੱਲੋਂ ਵੀ ਖੋਲ੍ਹਿਆ ਗਿਆ, ਨਾਲ ਦੇ ਨਾਲ ਸਰਕਾਰ ਤੇ ਪ੍ਰਸ਼ਾਸਨ ਦੋਨਾਂ ਨੂੰ ਘੇਰਦੇ ਦਲਜੀਤ ਚੀਮਾ ਨਜ਼ਰ ਆਏ, ਕੀ ਕੁਛ ਕਿਹਾ ਆਓ ਸੁਣਦੇ ਹਾਂ। ਬਿਨਾਂ ਕਿਸੇ ਸ਼ੈਲਟਰ ਤੋਂ, ਬਿਨਾਂ ਕਿਸੇ ਪ੍ਰਬੰਧ ਤੋਂ ਬਾਹਰ ਖੜੇ ਆ, ਇੱਕ ਪਾਸੇ ਇਹ ਲੋਕ ਆ ਤੇ ਦੂਜੇ ਪਾਸੇ ਆ ਚੋਰ ਦਰਵਾਜ਼ੇ ਦੇ ਰਾਹੀਂ ਅਫਸਰ ਸਾਹਿਬਾਨ ਜਿਹੜੀ ਹੁਕਮਰਾਨ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੂੰ ਖਿੜਕੀਆਂ ਦੇ ਵਿੱਚੋਂ ਅੰਦਰ ਸ਼ਾਮਿਲ ਕਰਾ ਰਹੇ। ਇਹਦੀ ਵੀਡੀਓ ਵੀ ਮਜੀਠਾ ਸਾਹਿਬ ਨੇ ਆਪ ਜਾਰੀ ਕੀਤੀ ਹੈ, ਇਹ ਫੋਟੋਆਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਚੋਰ ਦਰਵਾਜ਼ਿਆਂ ਦੇ ਰਾਹੀਂ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣੇ ਆ ਉਹਨਾਂ ਨੂੰ ਅੰਦਰ ਵਾੜਿਆ ਜਾ ਰਿਹਾ। ਆਹ ਸਾਰੀਆਂ ਤਸਵੀਰਾਂ ਵਿੱਚ ਚਿਹਰੇ ਵੀ ਨਜ਼ਰ ਆ ਰਹੇ ਆ ਜਿਹੜੇ ਮੁਲਾਜ਼ਮਾਂ ਦੇ ਜਿਹੜੇ ਅੰਦਰ ਵਾੜ ਰਹੇ ਆ, ਅਤੇ ਆਹ ਜਿਹੜੀ ਆਮ ਪਬਲਿਕ ਆ ਇਹ ਉਹਦਾ ਹਾਲ ਹੈ ਕਿ ਆਹ ਇੱਕ ਨੌਜਵਾਨ ਵੀ ਇੱਥੇ ਵਿੱਚ ਫੋਟੋ ਸੀ ਕਿ ਉਹ ਮੌਕੇ 'ਤੇ ਬੇਹੋਸ਼ ਹੋ ਗਿਆ ਵਿਚਾਰਾ। ਜੇ ਨੌਜਵਾਨ ਬੇਹੋਸ਼ ਹੋ ਰਹੇ ਆ ਤਾਂ ਫਿਰ ਤੁਸੀਂ ਆਪ ਹਿਸਾਬ ਲਾਓ ਕਿ ਬਾਕੀ ਜਿਹੜਾ ਕੀ ਹਾਲ ਆ। ਇਸੇ ਤਰ੍ਹਾਂ ਹੀ ਆਹ ਜਿਹੜੀ ਮੋਗੇ ਦੀ ਤਸਵੀਰ ਹੈ ਅਤੇ ਆਹ ਸਾਰੇ ਜਿਹੜੇ ਨਾਮਜ਼ਦਗੀ ਪੱਤਰ ਖਿਲਾਰ ਕੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਸੜਕਾਂ ਦੇ ਉੱਤੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਏ ਆ, ਇਹਦੀਆਂ ਵੀਡੀਓ ਵੀ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾ ਦੇਣਾ। ਅਤੇ ਆਹ ਬੀਬੀ ਹੈ ਜਿਹੜੀ ਸ਼ਰੇਆਮ ਕਹਿ ਰਹੀ ਹੈ ਕਿ ਆਹ ਜਿਹੜੇ ਪੁਲਿਸ ਮੁਲਾਜ਼ਮ ਖੜ੍ਹੇ ਆ ਵੀ ਇਹਨਾਂ ਨੇ ਕੋਲ ਖੜ੍ਹ ਕੇ ਮੇਰੇ ਜਿਹੜੇ ਨਾਮਜ਼ਦਗੀ ਪੱਤਰ ਹੈ ਇਹ ਧਰਮਕੋਟ ਦੀ ਹੈ ਅਤੇ ਮੇਰੇ ਕੋਲ ਖੜ੍ਹ ਕੇ ਜਿਹੜੇ ਆ ਇਹਨਾਂ ਦੇ ਜਿਹੜੇ ਇਹ ਕਿਰਾਏ। ਆਹ ਮਮਦੋਟ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਗੇਟ ਬੰਦ ਨੇ ਅਤੇ ਲੋਕ ਬਾਹਰ ਧੱਕੇ ਖਾ ਰਹੇ ਆ ਨਾਮਜ਼ਦਗੀਆਂ ਦਾਖਲ ਕਰਨ ਵਾਸਤੇ, ਅਤੇ ਚੋਰ ਰਸਤਿਆਂ ਦੇ ਰਾਹੀਂ ਜਿਹੜੇ ਆ ਉਹ ਬਾਕੀ ਅੰਦਰ ਵੜੇ ਜਾ ਰਹੇ। ਅਸੀਂ ਹੁਣ ਕਮਿਸ਼ਨ ਨੂੰ ਬੇਨਤੀ ਕਰਕੇ ਆਏ ਹਾਂ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਜਿੱਥੇ ਜਿੱਥੇ ਹੋਈਆਂ ਇਹ ਹਾਲੇ ਥੋੜ੍ਹੀਆਂ ਘਟਨਾਵਾਂ ਅਸੀਂ ਜ਼ਿਕਰ ਕਰ ਰਹੇ ਹਾਂ, ਬਹੁਤ ਸਾਰੀਆਂ ਘਟਨਾਵਾਂ ਤੁਸੀਂ ਆਪ ਵੀ ਮੀਡੀਆ ਨੇ ਜ਼ਿਕਰ ਕੀਤਾ। ਇੱਕ ਤਾਂ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਜਿਹੜੇ ਲੋਕ ਲਾਈਨਾਂ 'ਚ ਲੱਗੇ ਆ ਉਹ ਮੈਂ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹੁਕਮ ਕਰ ਦਿੱਤਾ
ਕਿ ਜਿੰਨੀ ਦੇਰ ਤੱਕ ਸਾਰੇ ਬੰਦੇ ਨੋਮੀਨੇਸ਼ਨ ਜਿਹੜੇ 3 ਵਜੇ ਤੱਕ ਲਾਈਨ 'ਚ ਲੱਗੇ ਸੀ ਉਹ ਨਹੀਂ ਫਾਈਲ ਕਰ ਲੈਂਦੇ, ਉਨੀ ਦੇਰ ਤੱਕ ਕੰਮ ਜਿਹੜਾ ਚੱਲਦਾ ਰਹੇਗਾ। ਇਸ ਕਰਕੇ ਹੁਣ ਦੇਖਦੇ ਹਾਂ ਕਿ ਥੱਲੇ ਪ੍ਰਸ਼ਾਸਨ ਕਿੰਨਾ ਕੁ ਪਹਿਰਾ ਦਿੰਦਾ, ਪਰ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਮੈਂ ਹੁਕਮ ਕਰ ਦਿੱਤੇ ਆ ਕਿ ਜਿਹੜਾ 3 ਵਜੇ ਤੱਕ ਲਾਈਨ 'ਚ ਲੱਗਿਆ ਭਾਵੇਂ ਅੱਧੀ ਰਾਤ ਹੋ ਜਾਵੇ ਉਹਦੇ ਨਾਮੀਨੇਸ਼ਨ ਪੇਪਰ ਜਿਹੜੇ ਆ ਉਹ ਦਰਜ ਕਰਨਗੇ। ਹੁਣ ਉੱਥੇ ਦੇਖਦੇ ਹਾਂ ਕਿ ਥੱਲੇ ਡਿਪਟੀ ਕਮਿਸ਼ਨਰ ਸਾਹਿਬਾਨ ਅਤੇ SSP ਸਾਹਿਬਾਨ ਅਤੇ ਬਾਕੀ ਅਫਸਰ ਸਾਹਿਬਾਨ ਕਿੰਨਾ ਕੁ ਕੰਮ ਕਰਦੇ। ਦੂਜੀ ਅਸੀਂ ਬੇਨਤੀ ਕੀਤੀ ਹੈ ਕਿ ਸਾਰੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਾਓ ਅਤੇ ਜਿਹੜੇ ਦੋਸ਼ੀ ਅਫਸਰ ਆ ਜਿਨ੍ਹਾਂ ਨੇ ਡੈਮੋਕ੍ਰੇਸੀ ਦਾ ਮਰਡਰ ਹੋਣ ਦੇ ਵਿੱਚ ਰੋਲ ਪਲੇਅ ਕੀਤਾ ਉਹਨਾਂ 'ਤੇ ਸਖ਼ਤ ਅਨੁਸ਼ਾਸਨੀ ਜਿਹੜੀ ਕਾਰਵਾਈ ਆ ਉਹ ਕਰੋ ਤਾਂ ਜਾ ਕੇ ਅੱਗੇ ਤੋਂ ਸਿਸਟਮ ਠੀਕ ਹੋਏਗਾ। ਔਰ ਤੀਜਾ, ਜਿਨ੍ਹਾਂ ਥਾਵਾਂ 'ਤੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਉਹਨਾਂ ਦਾ ਅਸੀਂ ਕਿਹਾ ਕਿ ਉਹਨਾਂ ਦੇ ਦਿਨ ਵਧਾਏ ਜਾਣ, ਕਿ ਉਹਨਾਂ ਨੂੰ ਫਾਲਤੂ ਦਿਨ ਦਿੱਤੇ ਜਾਣ, ਉੱਥੇ ਬਾਕੀ ਪ੍ਰਕਿਰਿਆ ਹਾਲੇ ਬਦਲ ਦਿੱਤੀ ਜਾਵੇ। ਪਹਿਲਾਂ ਨੋਮੀਨੇਸ਼ਨ ਦੀ ਪ੍ਰਕਿਰਿਆ ਉਹਨਾਂ ਦੀ ਫਿਰ ਸਟਾਰਟ ਕੀਤੀ ਜਾਵੇ ਤਾਂ ਜੋ ਸਾਰੇ ਲੋਕ ਜਿਹੜਾ ਆਪਣੇ ਹੱਕ ਦਾ ਇਸਤੇਮਾਲ ਕਰ ਸਕਣ, ਨਹੀਂ ਤਾਂ ਇਹ ਲੋਕਾਂ ਦੇ ਨਾਲ ਬਹੁਤ ਵੱਡੀ ਜ਼ਿਆਦਤੀ ਹੋਏਗੀ। ਤਾਂ ਉੱਥੇ ਕਾਂਗਰਸ ਦੀ ਗੱਲ ਕਰ ਲਈ ਜਾਵੇ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਰਕਾਰ ਨੂੰ ਘੇਰਦਿਆਂ ਇੱਥੋਂ ਤੱਕ ਆਖ ਦਿੱਤਾ ਗਿਆ ਕਿ ਪੰਚਾਇਤੀ ਚੋਣਾਂ ਨੂੰ ਸਫਲ ਤਰੀਕੇ ਦੇ ਨਾਲ ਕਰਵਾਉਣ ਦੇ ਵਿੱਚ ਨਾਕਾਮਯਾਬ ਰਹੀ ਹੈ ਮਾਨ ਸਰਕਾਰ, ਤਾਂ ਦੂਸਰੇ ਹੀ ਪਾਸੇ ਰਾਜਾ ਵੜਿੰਗ ਜੋ ਨੇ ਉਹ ਅਫਸਰਾਂ ਨੂੰ ਚੇਤਾਵਨੀ ਦਿੰਦੇ ਨਜ਼ਰ ਆਏ। ਕੀ ਕੁਛ ਕਿਹਾ, ਆਓ ਸੁਣਦੇ ਹਾਂ। ਲੋਕ ਰਾਜ ਨੂੰ ਜਿਹੜਾ ਸਾਰਿਆਂ ਨਾਲ ਮੁੱਢਲਾ ਉਹਦੇ ਵਿੱਚ ਕੇਂਦਰ ਹੈ ਉਹ ਹੈ ਪੰਚਾਇਤੀਆਂ ਲਈ। 70% ਪੰਜਾਬ ਪਿੰਡਾਂ ਵਿੱਚ ਵੱਸਦਾ। ਮੈਂ ਸਮਝਣਾ ਭਗਵੰਤ ਮਾਨ ਨੇ ਦੀ ਟੀਮ ਨੇ ਵੱਡਾ ਇੱਕ ਪਾਪ ਕੀਤਾ, ਬਹੁਤ ਵੱਡਾ ਮੈਂ ਪਾਪ ਗਿਣਨਾ ਇਸ ਗੱਲ ਨੂੰ ਕਿ ਤੁਸੀਂ ਪਹਿਲੀ ਗੱਲ 'ਚ ਇਲੈਕਸ਼ਨ ਕਰਾਉਣ ਦਾ ਤੁਹਾਡਾ ਮਤਲਬ ਹੀ ਹੈ ਨਹੀਂ ਸੀ। ਕਹਿਣ ਦਾ ਮਤਲਬ ਕਿ ਤੁਹਾਡੀ ਆਪਣੀ ਨੀਅਤ ਹੈ ਨਹੀਂ ਸੋਰੀ ਕਹਿਣ ਦਾ ਮਤਲਬ ਸੀ ਕਿ ਤੁਹਾਡੀ ਨੀਅਤ ਹੈ ਨਹੀਂ ਸੀ। ਆਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ 'ਤੇ ਤੁਹਾਨੂੰ ਇਹ ਮਜਬੂਰੀ ਨਾਲ ਕਰਾਉਣੀਆਂ ਪਈ। ਫਿਰ ਫਲੋਰ ਆਫ ਦੀ ਹਾਊਸ 'ਤੇ ਜਦੋਂ ਸੈਸ਼ਨ ਚੱਲ ਰਿਹਾ ਸੀ ਤਾਂ ਤ੍ਰਿਪੁਰ ਰਜਿੰਦਰ ਸਿੰਘ ਬਾਜਵਾ ਜੀ ਨੇ ਉੱਠ ਕੇ ਬਕਾਇਦਾਤਰ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ, ਮਾਨ ਸਾਹਿਬ ਪੰਚਾਇਤ ਦੀਆਂ ਇਲੈਕਸ਼ਨਾਂ ਤੁਸੀਂ ਕਰਨ ਲੱਗੇ ਹੋ, ਕੀ ਅਸੀਂ ਆਸ ਰੱਖੀਏ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦਿਓਗੇ ਫਰੀ ਐਂਡ ਫੇਅਰ? ਉੱਥੇ ਭਗਵੰਤ ਮਾਨ ਨੇ ਅਸ਼ੋਰੈਂਸ ਦਿੱਤੀ ਫਲੋਰ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ, ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ। ਤੋ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਨੇ, ਮੈਂਬਰ ਪਾਰਲੀਮੈਂਟ ਸਾਡੇ ਬਾਜਵਾ ਸਾਹਿਬ ਨਾਲ ਨੇ, ਜਿਹੜੇ ਪੰਚਾਇਤ ਦੇ ਖੁਦ ਮਿਨਿਸਟਰ ਰਹੇ ਨੇ 5 ਸਾਲ, ਬੜਾ ਜੀ ਸਾਡੇ ਨਾਲ ਨੇ, ਜਿਹੜੇ ਸਾਡੇ MLA ਨੇ ਗੁਰਦਾਸਪੁਰ ਦੇ। ਸਾਨੂੰ ਬਹੁਤ ਅਫਸੋਸ ਨਾ ਕਰਨਾ, 2 ਦਿਨ ਹੋ ਗਏ ਨੇ ਸਾਰੇ MLAs ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਬੂਥ ਉੱਥੇ ਬਲੋਕਸ 'ਤੇ ਜਾਣ 'ਤੇ। ਪਹਿਲੀ ਗੱਲ ਤਾਂ ਮਜੋਰਿਟੀ ਸੈਕਟਰੀ ਜਿਹੜਾ ਮੈਂ ਸਮਝਦਾ ਜੂਨੀਅਰ ਮੋਸਟ ਆਫਿਸਰ, ਉਹ ਬੰਦਾ ਅਵੇਲੇਬਲ ਹੀ ਕੋਈ ਨਹੀਂ ਹੋ ਰਿਹਾ, ਟੈਲੀਫੋਨ ਆਫ ਕਰਤੇ ਨੇ। ਜਦੋਂ ਕਿਤੇ ਗਲਤੀ ਨਾਲ ਕੋਈ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ 'ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ BDPOs ਦਾ, BDPO ਕਹਿ ਦਿੰਦਾ ਮੇਰੇ 'ਤੇ DDPO ਦਾ, DDPO ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ। ਹੁਣ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਕੇ ਆਏ, 2 ਘੰਟੇ ਬੈਠ ਕੇ ਆਏ, ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜਿਹੜੀ ਲਿਪ ਸਰਵਿਸ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ, ਕੰਪਲੀਟ ਦਿਨ ਵੇਸਟ ਕਰ ਦਿੱਤੇ ਗਏ। ਅੱਜ ਦਾ ਦਿਨ 2 ਵੱਜ ਗਏ ਨੇ, ਆਲਮੋਸਟ ਦਿਨ ਇਹ ਟੱਪ ਗਿਆ ਤੇ 2 ਛੁੱਟੀਆਂ ਨੇ ਤੇ ਹੁਣ ਕੱਲੀ 4 ਫਰੀ। ਤੋ ਮੈਂ ਸਮਝਦਾ ਸਾਡੀ ਜੋ ਸਾਨੂੰ ਨਜ਼ਰ ਆਉਂਦਾ ਪੋਲੀਟੀਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ, ਕਿਉਂਕਿ ਆਪ ਦੀ ਆਪਣੀ ਗਰਾਊਂਡ ਥੱਲੋਂ ਖਿਸਕ ਚੁੱਕੀ ਹੈ, ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ। ਨਹੀਂ ਤੇ ਹਮੇਸ਼ਾ ਸਰਕਾਰਾਂ ਦਾ ਇੰਨਾ ਪ੍ਰਭਾਵ ਹੁੰਦਾ ਕਿ ਆਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਿਲ ਹੁੰਦੇ ਨੇ।
ਇੱਥੇ ਸਾਡੇ ਕੋਲ ਕੈਂਡੀਡੇਟ ਇੱਕ ਇੱਕ ਪਿੰਡ ਚੋਂ ਦੋ ਦੋ ਤਿੰਨ ਤਿੰਨ ਨੇ, ਇਹਨਾਂ ਕੋਲ ਬੰਦਾ ਕੋਈ ਨਹੀਂ। ਇਹਨਾਂ ਦੇ ਐਮ ਐਲ ਏ, ਮੇਰੀ ਇਹ ਵੀ ਗੱਲ ਇੱਕ ਚੰਗੀ ਤਰ੍ਹਾਂ ਸੁਣ ਲਓ, ਪਹਿਲੀ ਗੱਲ ਤਾਂ ਇਹਨਾਂ ਦੇ ਐਮ ਐਲ ਏ ਕੋਈ ਇੱਕ ਅੱਧਾ, ਇੱਕ ਐਮ ਐਲ ਏ ਇਹਨਾਂ ਦਾ ਇਹੋ ਜਿਹਾ ਜਿਹਨੇ ਪੰਜ ਸੱਤ ਸੈਕਟਰੀ ਪਿਛਲੇ ਚਾਰ ਦਿਨਾਂ ਦੇ ਘਰ ਹੀ ਸੁਆਏ, ਉਹਨਾਂ ਨੂੰ ਬਕਾਇਦਾ ਤੌਰ ਜਿਸ ਤਰ੍ਹਾਂ ਚੁੱਕ ਕੇ ਕਿਸੇ ਨੂੰ ਆਪਣੀ ਹਿਫਾਜ਼ਤ 'ਚ ਰੱਖ ਲਏ, ਬਾਕੀਆਂ ਨੇ ਦੁਕਾਨ ਖੋਲ ਲਈ। ਇਹ ਮੇਰਾ ਓਪਨ ਚਾਰਜ ਹੈ, ਕਰੋੜਾਂ ਰੁਪਈਏ ਚੇਂਜ ਦੇ ਆ ਚੇਂਜਿੰਗ ਹੈਂਡਸ। ਪਹਿਲੇ ਤੇ ਜਿੱਥੇ ਰਿਜ਼ਰਵੇਸ਼ਨ ਹੋਈਆਂ ਉਹਨਾਂ ਕੋਲ ਪੈਸੇ ਲਏ ਗਏ ਨੇ। ਮੈਂ ਸਾਰੇ ਅਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ, ਕੋਈ ਇੱਕ ਨੂੰ ਨਹੀਂ ਛੱਡ ਰਿਹਾ। ਰਿਜ਼ਰਵੇਸ਼ਨ ਕਰਨ ਦੇ ਪੈਸੇ, ਫਿਰ ਰਿਜ਼ਰਵੇਸ਼ਨ ਰੋਕਣ ਦੇ ਪੈਸੇ, ਤਿੰਨ ਤਿੰਨ ਬੰਦਿਆਂ ਕੋਲ ਇੱਕ ਇੱਕ ਪਿੰਡ ਦੇ ਵਿੱਚ, ਜਿਹੜੇ ਇਹਨਾਂ ਦੇ ਹਾਰੇ ਤੇ ਜਿੱਤੇ ਨੇ। ਜਿੱਤਿਆ ਤਾਂ ਕੋਈ ਇੱਕ ਅੱਧਾ ਹੀ ਹੈ, ਬਟ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਹੈ, ਇਹਨਾਂ ਨੇ ਦੁਕਾਨ ਖੋਲੀ। ਮੈਂ ਸਮਝਣਾ ਇਹਦੇ ਨਾਲੋਂ ਚੰਗਾ ਸੀਜ਼ਨ ਇਹਨਾਂ ਵਾਸਤੇ ਹੋਰ ਕੋਈ। ਪੰਜਾਬ ਦੇ ਵਿੱਚ ਕੋਈ ਨਵੀਂ ਸੋਚ ਆਏਗੀ, ਔਰ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਦੇ ਬਾਰੇ, ਦੱਤਿਆਂ ਬਾਰੇ, ਮਿੱਟਿਆਂ ਬਾਰੇ, ਕੁਚਲਿਆਂ ਬਾਰੇ, ਆਮ ਲੋਕਾਂ ਬਾਰੇ, ਇਹ ਕੋਈ ਨਵੇਕਲਾ ਕੰਮ ਚਲਾਵੇਗੀ। ਇਸ ਕਰਕੇ ਕਾਂਗਰਸ ਤੇ ਅਕਾਲੀਆਂ ਤੋਂ ਪਾਸੇ ਹੋ ਕੇ ਇਹ ਸਰਕਾਰ ਪੰਜਾਬ ਦੇ ਲੋਕਾਂ ਨੇ ਲੈ ਆਉਂਦੀ ਸੀ। ਇਹ ਨਾਅਰਾ ਵੀ ਦਿੱਤਾ ਸੀ ਬਦਲਾਵ ਦੀ ਸਰਕਾਰ, ਲੇਕਿਨ ਜਿਸ ਪ੍ਰਕਾਰ ਦਾ ਬਦਲਾਵ ਇਹ ਸਰਕਾਰ ਲੈ ਕੇ ਆਈ ਹੈ, ਸੱਚ ਕਹਿ ਰਹੇ ਹੋ। ਅੱਜ ਲੋਕ ਯਾਦ ਕਰਦੇ ਆ ਕਿ ਕਾਂਗਰਸ ਪਾਰਟੀ ਦਾ ਰਾਜ ਹਜ਼ਾਰ ਗੁਣੇ ਚੰਗਾ ਰਾਜ ਸੀ, ਇਹ ਅਫਸਰ ਵੀ ਯਾਦ ਕਰਦੇ। ਆ ਮੈਂ ਜਾ ਕੇ ਫਿਰੋਜ਼ਪੁਰ ਦਾ ਜੀਰੇ ਇੱਕ ਸੁਬਹ ਦਾ ਬੈਠਾ, ਉੱਥੋਂ ਦੇ ਅਫਸਰ ਮੈਂ ਟਾਰਗੇਟ ਮਹਿਸੂਸ ਕਰ ਰਹੀ ਸੀ। ਉੱਥੇ ਇੱਕ ਲੇਡੀ ਐਸ ਐਸ ਪੀ ਹੈ, ਉਹਦਾ ਰੋਲ ਬੜਾ ਚੰਗਾ ਰਿਹਾ, ਉਹਨੇ ਫੜ ਕੇ ਅੱਜ ਹਿੱਸਾ ਜਿਹੜਾ ਉਹਨਾਂ ਦਾ ਖਿਡਾਰੀ ਐਮ ਐਲ ਏ ਸੀ ਉਹਨੂੰ ਕਹਿੰਦਾ ਮਾਰ ਕੇ ਨਹੀਂ ਬਾਹਰ ਚੱਲ। ਮੈਂ ਸਮਝਦਾ ਕਿ ਇੱਕ ਔਰਤ ਹੋ ਕੇ ਜਿਸ ਪ੍ਰਕਾਰ ਦਾ ਉਹਨੇ ਰੋਲ ਅਦਾ ਕੀਤਾ, ਲੇਕਿਨ ਕਈ ਜਿਹੜੇ ਨਪੁੰਸਕ ਅਫਸਰ ਹੈ ਜਿਹੜੇ, ਮੈਂ ਸਮਝਦਾ ਕਿ ਵਰਦੀ ਦੇ ਵਿੱਚ ਇਸ ਤਰ੍ਹਾਂ ਦੇ ਆਮ ਬੁਲਟਨ ਇਨਸਾਨ ਬੈਠੇ ਹੈ ਜਿਨ੍ਹਾਂ ਤੇ ਵਰਦੀ ਦਾ ਕੋਈ ਅਸਰ ਨਹੀਂ ਆ। ਮੈਂ ਨਹੀਂ ਕਹਿੰਦਾ ਸਾਰੀ ਪੁਲਿਸ ਮਾਰੀ ਹੈ, ਲੇਕਿਨ ਡੀ ਐਸ ਪੀ ਦੀ ਰਹਿਨਮਾਈ ਹੈ, ਐਸ ਐਚ ਓ ਦੀ ਰਹਿਨਮਾਈ ਹੈ। ਇਸ ਤਰ੍ਹਾਂ ਸਾਡੇ ਪੰਜਾਬ ਭਾਈ ਦੇਖਿਆ ਹੋਣਾ ਤਾਂ ਇਹਨਾਂ ਡੀ ਐਸ ਪੀਆਂ ਨੂੰ, ਇਹਨਾਂ ਐਸ ਐਚ ਓ ਨੂੰ ਸ਼ਰਮ ਹੋਣੀ ਚਾਹੀਦੀ ਹੈ, ਪਰ ਆਪਦੇ ਸਟਾਰ ਲਾ ਕੇ ਕਿਸੇ ਨਰ ਛੁਪਾ ਰਿਆ ਹੋਣੀ ਚਾਹੀਦੀ ਹੈ, ਔਰ ਮਾਫ਼ੀ ਮੰਗਣੀ ਚਾਹੀਦੀ ਹੈ ਆਪਣੀ ਮਾਂ ਤੋਂ ਕਿ ਸਾਨੂੰ ਤੂੰ ਅਫਸਰ ਲਾਇਆ, ਪੜ੍ਹਾਇਆ, ਦੁੱਧ ਪਿਆਇਆ, ਤੇ ਅਸੀਂ ਸੌ ਖਾਧੀ ਸੀ ਕਿ ਅਸੀਂ ਕਿਸੇ ਵਿਅਕਤੀ ਨਾਲ ਅਤਿਆਚਾਰ ਨਹੀਂ ਹੋਣ ਦਿਆਂਗੇ। ਪਰ ਜਿਸ ਪਿਆਰ ਆ ਸਾਡੇ ਭਰਾਵਾਂ ਤੇ, ਜੇ ਤੁਹਾਡੇ ਮੁੰਡਿਆਂ ਦਾ ਖੂਨ ਹੈ ਦੁਨੀਆ ਹੁੰਦਾ ਤੇ ਅੱਜ ਤੁਹਾਨੂੰ ਪਤਾ ਲੱਗਦਾ। ਓਏ ਸ਼ਰਮ ਕਰੋ, ਇੱਥੋਂ ਦੇ ਡੀ ਐਸ ਪੀ ਸਾਹਿਬ ਨੂੰ ਤੇ ਇੱਥੋਂ ਦੇ ਪੁਲਿਸ ਨੂੰ ਮੈਂ ਕਹਿਣਾ ਚਾਹੁੰਦਾ, ਪਰ ਖਾਸ ਕਰਕੇ ਐਸ ਐਸ ਪੀ ਸਾਹਿਬ ਤੇ ਜਿਹੜੇ ਮੁੱਖ ਦਰਸ਼ਕ ਬਣ ਕੇ ਆਪਦੇ ਦਫ਼ਤਰਾਂ ਦੇ ਤਮਾਸ਼ਾ ਵੇਖਦੇ, ਓਏ ਸ਼ਰਮ ਕਰੋ, ਤੁਹਾਡੇ ਨਾਲ ਉਹ ਔਰਤ ਤਕੜੀ ਹੈ। ਮੈਂ ਜਿੱਥੇ ਐਸ ਐਸ ਪੀ ਸਾਹਮਣੇ ਆ ਫਿਰੋਜ਼ਪੁਰ ਦੀ, ਜਿਹਨੇ ਚਿਹਰਾ ਲਾ ਕੇ ਆਪਦੀ ਦੀਵੇ ਬੈਠੀ, ਉੱਥੋਂ ਦੇ ਐਮ ਐਲ ਏ ਵੀ ਬਾਹਰ ਫੜ ਕੇ ਬਾਹਰ ਕੱਢ ਕੇ ਲਿਆਈ ਵੀ ਬਾਹਰ ਚੱਲ ਬੰਦੇ ਦਾ ਪੁੱਤ ਬਣ ਕੇ। ਇਹਨਾਂ ਨੂੰ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਇਹੋ ਜਿਹੇ ਅਫੀਸਰਾਂ ਨੂੰ। ਇਸ ਤੋਂ ਚੰਗਾ ਕਿ ਇਹ ਨੌਕਰੀਆਂ ਤੋਂ ਤਿਆਗ ਦੇਣ, ਕਿਉਂ ਐਸ ਐਸ ਪੀ ਦੀ ਕੁਰਸੀ ਤੇ ਬੈਠੇ ਭਾਈ, ਜੇ ਤੁਸੀਂ ਲਾ ਐਂਡ ਆਰਡਰ ਨਹੀਂ ਮੇਨਟੇਨ ਕਰ ਸਕਦੇ, ਸ਼ਾਂਤੀ ਪੂਰਵਕ ਕੇ ਲੋਕਾਂ ਦੇ ਕਾਗਜ਼ ਭਰਨ ਗਿਆ ਤੇ ਇਸ ਤਰ੍ਹਾਂ ਅਤਿਆਚਾਰ ਕਰੋਗੇ, ਇਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ। ਔਰ ਦੂਜੀ ਗੱਲ ਸੁਣਦਾ ਬਾਈ, ਜਿਹੜੇ ਵੱਡੇ ਵੱਡੇ ਲੋਕ ਆ, ਪਹਿਲਾਂ ਇੱਥੇ ਗੋਲ ਜਥੇਦਾਰ ਲੀਡਰ ਹੁੰਦਾ ਸੀ,
ਉਹ ਵਿਧਾਨ ਸਭਾ ਚ ਵੀ ਬੋਲਿਆ ਕਰਦਾ ਸੀ। ਉਹ ਕਹਿੰਦਾ ਮੈਂ ਤਾਂ ਕਈਆਂ ਦੇ ਗਲੇ ਵੱਡੇ। ਮੈਂ ਕਿਹਾ, ਮੈਂ ਕਿਹਾ ਬਈ ਗਲਾ ਵੱਧਦਾ ਗਿਆ ਤੂੰ ਬੱਸਾਂ ਚੋਂ ਲਾਹ ਕੇ ਬੰਦਿਆ, ਕਿਹੜਾ ਹਾਲ ਹੈ ਵੱਡਿਆ, ਕਿਹੜਾ ਆਪਦੇ ਆਪ ਨੂੰ ਸਾਬਕਾ ਅੱਤਵਾਦੀ ਕਹਿੰਦਾ। ਸੋ ਮੇਰੇ ਕਹਿਣ ਦਾ ਮਤਲਬ ਹੈ, ਜੇ ਉਹ ਮਰੀਆ ਮੇਰੇ ਤੋਂ ਗਏ ਧੁਨ ਭਰਾਵਾ, ਤੂੰ ਤਾਂ ਚੀਜ਼ ਨੀ ਕੀ ਹੈ, ਤੇਰਾ ਕੁਝ ਨੀ ਬੱਚਿਆ ਜਾਣਾ ਜਿਹੜਾ ਜਨਤਾ ਦੇ ਰੋਹ ਚੋਂ ਹੈ। ਤੈਨੂੰ ਚਾਹੀਦਾ ਸੀ ਕਿ ਜਿਸ ਤਰ੍ਹਾਂ ਦੀ ਤੇਰੀ ਸ਼ਕਲ ਹੈ ਉਸੇ ਤਰ੍ਹਾਂ ਤੈਨੂੰ ਵਤੀਰਾ ਕਰਨਾ ਚਾਹੀਦਾ ਸੀ। ਹੱਥ ਜੋੜ ਨਾਲ ਕੋਈ ਗੱਲ ਨੀ ਬਣਦੀ। ਆ ਜਿਹੜਾ ਅਸਲੀ ਚਿਹਰਾ ਤੇਰਾ ਪਤਾ ਲੱਗ ਗਿਆ ਸਾਡੇ ਭਰਾਵਾਂ ਨੂੰ, ਤੇ ਬੁਝਲਾ ਤਲਾ ਦੀ ਤਰ੍ਹਾਂ ਕੁੱਟਿਆ ਕੱਲਿਆਂ ਨੂੰ, ਲੜਾਈ ਕੀਤੀ ਹੈ। ਜਾਂ ਤਾਂ ਤੂੰ ਦੱਸ ਕੇ ਕਹਿ ਕਿ ਅਸੀਂ ਲੜਨਾ ਚਾਹੁੰਦੇ, ਤੇ ਦੱਸ ਫਿਰ ਪਤਾ ਲੱਗੇ ਵੀ ਤੂੰ ਲੜਨਾ ਹੈ। ਇਹ ਕਿਹੜੀ ਮਰਦਾਨਗੀ ਹੈ ਬਈ ਕਿ ਸਾਡੇ ਬੰਦੇ ਨੂੰ ਘੇਰ ਕੇ ਸਾਈਆਂ ਖੋਲੀਆਂ ਤੇ ਉਹਦਾ ਸਿਰ ਪਰਦਾ, ਇਹ ਹਰ ਕਿਸ ਬਰਦਾਸ਼ਤ ਨਹੀਂ ਹੋਏਗਾ। ਪਰ ਜਿਨ੍ਹਾਂ ਵਿਅਕਤੀਆਂ ਨੇ ਇਹਨਾਂ ਭਰਾਵਾਂ ਦੇ, ਮੈਂ ਮਿੱਤਰਾਂ ਤੇਰੇ ਨਾਲ ਵਾਅਦਾ, ਜ਼ਰੂਰੀ ਨਹੀਂ ਹੈ ਸੱਤਾ ਸਰਕਾਰ ਕਿ ਰਾਜਾ ਵੜਿੰਗ ਤਾਕਤ ਚਾਹੇ ਨਾ ਆਵੇ, ਆ ਸਾਰੇ ਜਿਹੜੇ ਮੰਚ ਤੇ ਖੜੇ ਹੈ ਬਾਬੇ ਦੀ ਕਿਰਪਾ ਨਾਲ, ਤੁਹਾਡੀ ਕਿਰਪਾ ਦੇ ਨਾਲ, ਇਹ ਤੁਹਾਡੇ ਆਸ਼ੀਰਵਾਦ ਦੇ ਨਾਲ ਜਿਸ ਪ੍ਰਕਾਰ ਦਾ ਅਸਰ ਹੈ ਪੂਰੇ ਪੰਜਾਬ, ਅੱਜ ਲੋਕ ਕਹਿਣ ਲੱਗ ਪਏ ਨਾ ਅਕਾਲੀਆਂ ਦੀ ਸਰਕਾਰ ਆਵੇ, ਨਾ ਬੀਜੇਪੀ ਦੀ ਆਵੇ, ਨਾ ਆਮ ਆਦਮੀ ਪਾਰਟੀ ਦੁਆਰਾ ਆਵੇ। ਅੱਜ ਲੋਕ ਮੋੜਾ ਮੁੜਿਆ, ਲੋਕ ਕਹਿੰਦੇ ਆ ਕਿ ਕਾਂਗਰਸ ਪਾਰਟੀ ਦਾ ਰਾਜ ਅੱਜ ਤੋਂ 2 ਸਾਲਾਂ ਨੂੰ ਹੋਣਾ, ਫਿਰ ਕਿੱਥੋਂ ਭੱਜੋਗੇ? ਫਿਰ ਭੱਜਣ ਨਹੀਂ ਜਾਂਦੇ, ਠੀਕ ਕਿਹਾ ਸੁਪਾਰ ਕੁਦਰਦੇ ਜੋ ਕਿਹਾ ਕਹਿੰਦੇ ਰਿਸ਼ਤੇਦਾਰਾਂ ਨੂੰ, ਅਸੀਂ ਤਾਂ ਬੀਜਿਆਂ ਨੇ ਇਹ ਮੰਨ ਲਿਆ ਵੀ ਸਾਡਾ ਰਿਸ਼ਤੇਦਾਰ ਉਹ ਹੈ ਜਿਹੜਾ ਸਾਡੇ ਨਾਲ ਖੜਾ ਹੁੰਦਾ, ਸਾਡਾ ਰਿਸ਼ਤੇਦਾਰ ਭਾਵੇਂ ਸਾਡੀ ਭੂਆ ਦਾ ਮੁੰਡਾ ਹੈ, ਜਿਹੜਾ ਸਾਡੇ ਨਾਲ ਖੜਾ ਨਹੀਂ ਹੁੰਦਾ ਉਹ ਸਾਡਾ ਰਿਸ਼ਤੇਦਾਰ ਨਹੀਂ। ਸਾਡੇ ਰਿਸ਼ਤੇਦਾਰ ਆ ਬੈਠੇ ਹੈ, ਸਾਡੇ ਚਾਚੇ ਦੇ ਮੁੰਡੇ ਆ ਬੈਠੇ ਹੈ, ਸਾਡੇ ਬਜ਼ੁਰਗ ਆ ਬੈਠੇ ਹੈ, ਉੱਥੇ ਗੱਲ ਕੰਗਣਾ ਰਣੌਤ ਦੀ ਕਰੀਏ ਤਾਂ ਬੀਤੇ ਹਫ਼ਤੇ ਕੰਗਣਾ ਰਣੌਤ ਇੱਕ ਵਾਰ ਫਿਰ ਵਿਵਾਦਿਤ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਰਹੀ ਹੈ। ਤੁਹਾਨੂੰ ਦੱਸ ਦਈਏ ਪਹਿਲਾਂ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਸਾਹਮਣੇ ਆਏ, ਉਸ ਤੋਂ ਬਾਅਦ ਮਹਾਤਮਾ ਗਾਂਧੀ ਨੂੰ ਲੈ ਕੇ ਟਿੱਪਣੀ ਕਰ ਦਿੱਤੀ ਜਾਂਦੀ ਹੈ। ਇੱਕ ਵੀਡੀਓ ਹੋਰ ਸੋਸ਼ਲ ਮੀਡੀਆ ਉੱਤੇ ਖਾਸੀ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਸੂਬੇ ਦਾ ਨਾਮ ਲਏ ਬਗੈਰ ਪੰਜਾਬ ਉੱਤੇ ਟਿੱਪਣੀਆਂ ਕਰਦੇ ਪੰਜਾਬੀ ਨੌਜਵਾਨਾਂ ਦੇ ਉੱਤੇ ਟਿੱਪਣੀਆਂ ਕਰਦੀ ਕੰਗਣਾ ਰਣੌਤ ਨਜ਼ਰ ਆਈ, ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾਈ ਔਰ ਬਾਕਾਇਦਾ ਭਾਜਪਾ ਲੀਡਰਾਂ ਦੇ ਵੱਲੋਂ ਵੀ ਪਲਟਵਾਰ ਜੋ ਹੈ ਕੰਗਣਾ ਰਣੌਤ ਦੇ ਉੱਤੇ ਕੀਤਾ ਗਿਆ। ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੰਗਣਾ ਰਣੌਤ ਤੇ ਭਾਜਪਾ ਨੂੰ ਘੇਰਿਆ ਗਿਆ। ਸਭ ਤੋਂ ਪਹਿਲਾਂ ਕੰਗਣਾ ਰਣੌਤ ਦਾ ਵੀਡੀਓ ਸੁਣਾਉਂਦੇ ਆ, ਜਿਸ ਨੂੰ ਲੈ ਕੇ ਪੂਰਾ ਮਾਮਲਾ ਭਖਦਾ ਹੈ। ਹਮਾਰੀ ਜੋ ਗ੍ਰਾਮੀਣ ਜੀਵਨ ਸ਼ੈਲੀ ਹੈ, ਇਹ ਬਹੁਤ ਹੀ ਅੱਛੀ ਸ਼ੈਲੀ ਹੈ। ਜੈਸੇ ਕਿ ਪ੍ਰਧਾਨ ਜੀ ਨੇ ਵੀ ਕਿਹਾ ਕਿ ਆਹ ਐਸੇ ਜੇ ਅੱਗੇ ਪਿੱਛੇ ਨੇ ਰਾਜੇ, ਉਹ ਥਾਂ ਤੇ ਨਵੀਂ ਨਵੀਂ ਚੀਜ਼ਾਂ ਲੱਗ ਰਹੀਆਂ ਹਰੇਕ ਥਿਆਂ ਨੇ, ਕੋਈ ਚਿੱਟਾ, ਕੋਈ ਕੁਛ, ਕੋਈ ਕੁਛ। ਇਹਨਾਂ ਨੇ ਹਮਾਰੇ ਜੋ ਹੈ ਯੂਥ ਕੋ ਪੂਰੀ ਤਰ੍ਹਾਂ ਸੇ ਜੋ ਹੈ ਵੋ ਬਰਬਾਦ ਕਰ ਦਿਆ ਹੈ। ਤਾਂ ਹਾਂ, ਇਹਨਾਂ ਤੇ ਨਹੀਂ ਕੁਛ ਸਿੱਖਣਾ ਆ, ਜੋ ਚਾਹੇ ਚਿੱਟਾ ਹੋ, ਚਾਹੇ ਉਗਰਤਾ ਹੋ, ਚਾਹੇ ਕੁਛ ਵੀ ਹੋ। ਤੂੰ ਜੋ ਪਤਾ, ਮੈਂ ਕੁਛ ਰਾਜੇ ਦੀ ਗੱਲ ਕਰੀ ਰਹੀ, ਬੜਾ ਉਗਰ ਇਨਕਾ ਸੁਭਾਵ ਹੋਤਾ ਹੈ, ਬਾਈਕ ਕਪੜਾ ਪਰ ਬਾਈ ਹੋ ਹੱਲਾ ਕਰਾਏ, ਡਰੱਗਸ ਕਰਾਏ, ਪਤਾ ਨੀ ਕਿਹੜੀ ਕਿਹੜੀ ਸ਼ਰਾਬਾਂ ਪੀਏ, ਬਤਾ ਉਤਪਾਤ ਮਚਾਏ ਰਹਾ ਹੂੰ ਇਹਨੇ। ਤਾਂ ਉਸ ਤੇ ਜੋ ਹੈ ਮੈਂ ਇਹ ਕਹੂੰਗੀ ਕਿ ਹਮਾਰੇ ਹਿਮਾਚਲ ਵਾਸੀਓਂ ਕਾ ਜੋ ਆਪਣੀ ਜੋ ਸੰਸਕ੍ਰਿਤੀ ਹੈ।
ਕੰਗਣਾ ਰਣੌਤ ਦੀਆਂ ਲਗਾਤਾਰ ਵਿਵਾਦਿਤ ਟਿੱਪਣੀਆਂ ਦੇ ਚਲਦਿਆਂ ਹਰਜੀਤ ਗਰੇਵਾਲ ਨੇ ਕੰਗਣਾ ਰਣੌਤ ਨੂੰ ਨਸੀਹਤ ਤੱਕ ਦੇ ਦਿੱਤੀ ਹੈ ਕਿ ਪੰਜਾਬ ਦੇ ਨੌਜਵਾਨ ਜਾਂ ਫਿਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਚਾਹੇ ਕਿਸਾਨਾਂ ਨਾਲ ਸੰਬੰਧਿਤ ਅਜਿਹੇ ਬਿਆਨ ਦੇਣ ਤੋਂ ਕੰਗਣਾ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਤਾਂ ਦੂਸਰੇ ਹੀ ਪਾਸੇ ਮਾਲਵਿੰਦਰ ਸਿੰਘ ਕੰਗ ਨੇ ਕੰਗਣਾ ਦੇ ਖਿਲਾਫ ਕਾਰਵਾਈ ਦੀ ਮੰਗ ਤੱਕ ਕਰ ਦਿੱਤੀ ਹੈ। ਕੀ ਕੁਛ ਕਿਹਾ, ਆਓ ਸੁਣਦੇ ਹਾਂ। ਬੀਜੇਪੀ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਨਸ਼ਿਆਂ ਨੂੰ ਲੈ ਕੇ ਜਿਹੜਾ ਤੂੰ ਬਿਆਨ ਦੇ ਰਹੀ ਗੁਆਂਢੀ ਸਟੇਟਾਂ ਬਾਰੇ, ਸਭ ਤੋਂ ਵੱਧ ਅਗਰ ਨਸ਼ਾ ਫੜਿਆ ਗਿਆ ਪਿਛਲੇ ਸਾਲਾਂ 'ਚ ਜਾਂ ਸਭ ਤੋਂ ਵੱਡੀਆਂ ਖੇਪ ਬਰਾਮਦ ਹੋਈਆਂ ਨਸ਼ਿਆਂ ਦੀਆਂ ਤੇ ਉਹ ਗੁਜਰਾਤ 'ਚੋਂ ਹੋ ਰਹੀਆਂ, ਜਿੱਥੇ ਬੀਜੇਪੀ ਦੀ ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਹੈ ਔਰ ਪ੍ਰਧਾਨ ਮੰਤਰੀ ਜੀ ਵੀ ਉੱਥੇ ਹੁੰਦੇ ਆ। ਉਹਦੇ ਬਾਰੇ ਕੰਗਣਾ ਰਣੌਤ ਇੱਕ ਸ਼ਬਦ ਨਹੀਂ ਬੋਲਦੀ ਔਰ ਕੰਗਣਾ ਰਣੌਤ ਦੀ ਜਿਹੜੀ ਸ਼ਬਦਾਵਲੀ ਆ, ਜਿਸ ਤਰੀਕੇ ਨਾਲ ਕੰਟਰੋਵਰਸ਼ੀਅਲ ਬਿਆਨ ਇਹ ਹਰ ਵਾਰ ਦਿੰਦੀ ਤੇ ਕਈ ਵਾਰ ਤੇ ਲੱਗਦਾ ਵੀ ਇਹ ਆਪ ਵੀ ਕਿਤੇ ਨਾ ਕਿਤੇ ਨਸ਼ੇ 'ਚ ਟੁੰਨ ਤਾਂ ਨਹੀਂ ਗੀ, ਕਿਹਨੂੰ ਆਪ ਨਸ਼ੇ ਦੀ ਆਦਿ ਤਾਂ ਨਹੀਂ ਹੈ, ਕਿਉਂਕਿ ਇਹਦੇ ਬਾਰੇ ਤਮਾਮ ਚਰਚਾਵਾਂ ਆ ਇਹਦੀ ਫਿਲਮਾਂ ਦੇ ਕੈਰੀਅਰ ਦੇ ਦੌਰਾਨ। ਹੁਣ ਕਿਉਂਕਿ ਫਿਲਮਾਂ ਤੇ ਫਲੋਪ ਹੋ ਗਈਆਂ ਤੇ ਫਰਸਟ੍ਰੇਸ਼ਨ 'ਚ ਇਹੋ ਜਿਹੇ ਲੋਕ ਨਸ਼ੇ ਦੀ ਜਿਹੜੀ ਆ ਉਹ ਆਦਤ ਪਾ ਲੈਂਦੇ ਆ। ਦੂਜੀ ਗੱਲ, ਭਾਰਤੀ ਜਨਤਾ ਪਾਰਟੀ ਹਰ ਵਾਰ ਡਰਾਮਾ ਕਰਦੀ ਹੈ ਕਿ ਕੰਗਣਾ ਰਣੌਤ ਦੇ ਬਿਆਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਨੱਡਾ ਜੀ ਨੂੰ ਕਹਿਣਾ ਚਾਹੁੰਦਾ ਹਾਂ ਵੀ ਲੈਣਾ ਦੇਣਾ ਨਹੀਂ ਹੈ ਤੇ ਇੱਥੇ ਐਕਸ਼ਨ ਲਓ। ਇਹ ਲੱਗੀ ਹੋਈ ਆ ਕੰਗਣਾ ਰਣੌਤ ਦਾ ਤੇ ਇੱਕੋ ਹੀ ਮਕਸਦ ਹੈ ਕਿ ਪੰਜਾਬ ਔਰ ਹਿਮਾਚਲ ਦੇ ਲੋਕਾਂ 'ਚ ਨਫ਼ਰਤ ਫੈਲਾ ਕੇ ਦਰਾਰ ਪਾਈ ਜਾਵੇ, ਲੜਾਇਆ ਜਾਵੇ। ਇਹੋ ਜਿਹੇ ਨਫ਼ਰਤੀ ਲੋਕਾਂ ਨੂੰ ਬਾਜ ਹੋਣਾ ਚਾਹੀਦਾ ਔਰ ਬੀਜੇਪੀ ਨੂੰ ਇਹਨਾਂ ਦੇ ਖਿਲਾਫ਼ ਕਾਰਵਾਈ ਕਰਨੀ। ਉੱਥੇ ਗੱਲ ਰਵਨੀਤ ਬਿੱਟੂ ਦੀ ਕੀਤੀ ਜਾਵੇ ਤਾਂ ਰਵਨੀਤ ਬਿੱਟੂ ਰਾਹੁਲ ਗਾਂਧੀ ਨੂੰ ਲੈ ਕੇ ਦਿੱਤੇ ਬਿਆਨ ਤੇ ਖਾਸੇ ਚਰਚਾ ਦੇ ਵਿੱਚ ਰਹੇ। ਕਾਂਗਰਸ ਦੇ ਵੱਲੋਂ ਉਹਨਾਂ ਨੂੰ ਘੇਰਿਆ ਵੀ ਗਿਆ, ਪਰਚਾ ਤੱਕ ਦਰਜ ਹੋ ਜਾਂਦਾ ਹੈ। ਤਾਂ ਦੂਸਰੇ ਹੀ ਪਾਸੇ ਕੰਗਣਾ ਰਣੌਤ ਦੀ ਫਿਲਮ ਨੂੰ ਲੈ ਕੇ ਜੋ ਵਿਵਾਦ ਖੜਾ ਹੋਇਆ ਸੀ ਔਰ ਕੰਗਣਾ ਰਣੌਤ ਦੇ ਵੱਲੋਂ ਜੋ ਬਿਆਨ ਦਿੱਤੇ ਜਾ ਰਹੇ ਨੇ ਉਸ ਉੱਤੇ ਉਹਨਾਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ। ਰਵਨੀਤ ਬਿੱਟੂ ਕੀ ਕੁਛ ਕਹਿ ਰਹੇ ਸੀ, ਆਓ ਸੁਣਦੇ ਹਾਂ। ਮੈਂ ਤਾਂ ਕੱਲ ਗਾਂਧੀ ਜੀ ਦੇ ਪ੍ਰੋਗਰਾਮ ਤੇ ਸੀਗਾ, ਮੈਂ ਤਾਂ ਇਹੀ ਸਿੱਖਿਆ ਵੀ ਭਾਈ ਜਿਹੜਾ ਬੁਰਾ ਬੋਲਦਾ ਉਹਨੂੰ ਸੁਣੋ ਹੀ ਨਾ, ਉਹਨੂੰ ਅੰਗੋਲਿਆ ਹੀ ਕਰ ਦਿਓ। ਇਹ ਇੱਕ ਬਹੁਤ ਗੰਭੀਰ ਮੁੱਦਾ ਹੈ। ਖਾਸ ਤੌਰ 'ਤੇ ਜੇ ਮੈਂ ਆਪਣੀ ਗੱਲ ਕਰਾਂ, ਮੈਂ ਇਹਦੇ ਵਿੱਚ ਕੋਈ ਸਿੱਧੀ ਕੋਈ ਇਨਵੋਲਵਮੈਂਟ ਨਹੀਂ, ਪਰ ਮੰਤਰੀ ਜੀ ਨਾਲ ਜਦੋਂ ਇਹ ਬੜਾ ਇਸ਼ੂ ਉੱਠਿਆ ਤੇ ਮੈਂ ਮੰਤਰੀ ਜੀ ਨਾਲ ਆਪ ਇਹਦੇ ਬਾਰੇ ਗੱਲ ਵੀ ਕੀਤੀ ਵੀ ਇਹ ਕੀ ਹੈ ਤੇ ਕਿਉਂ ਆ ਤੇ, ਪਰ ਉਹਨਾਂ ਨੇ ਮੈਨੂੰ ਕਿਹਾ ਵੀ ਕਿਉਂ ਆ ਜਾਂ ਕੀ ਆ ਇਹ ਗੱਲ ਬਾਅਦ ਦੀ, ਤੁਸੀਂ ਦੱਸੋ ਕੀ ਚਾਹੁੰਦੇ ਹੋ। ਤੇ ਮੈਂ ਕਿਹਾ ਜੀ ਕਿਉਂ ਨਾ, ਕੋਈ ਜਿਹੜੇ ਸਿੱਖ ਇਤਿਹਾਸਕਾਰ ਐਮੀਨੈਂਟ ਜਿਹੜੀ ਪਰਸਨੈਲਿਟੀਜ਼ ਨੇ ਜਿਹੜੀਆਂ ਕੁਛ ਦੇਖ ਸਕਣ ਇਹਦੇ ਵਿੱਚ, ਕੋਈ ਸੁਧਾਰ ਕਰ ਸਕਣ, ਤੇ ਅਸੀਂ ਇੱਕ ਬੜੇ ਐਲ ਐਸ ਜੌਹਲ ਸਾਹਿਬ ਜਿਹੜੇ ਸਾਡੇ ਲੁਧਿਆਣੇ ਤੋਂ ਨੇ, ਦੂਜੇ ਜਿਹੜੇ ਸਾਡੇ ਬੜੇ ਸੀਨੀਅਰ ਐਕਸ ਆਈ ਐਸ ਆਫਿਸਰ ਨੇ ਤੇ ਉਹ ਚੇਅਰਮੈਨ ਜਿਹੜੇ ਨੰਦੇੜ ਸਾਹਿਬ ਸਾਡਾ ਤਖ਼ਤ ਸਾਹਿਬ ਆ ਉਹਦੇ ਚੇਅਰਮੈਨ ਨੇ। ਇਹ ਕਾਫ਼ੀ ਅਸੀਂ ਬੇਨਤੀ ਕੀਤੀ ਸੀ ਪਰ ਕਈਆਂ ਨੇ ਨਾ ਕੀਤੀ, ਕਈਆਂ ਨੇ ਹਾਂ ਕੀਤੀ। ਆਪਣਾ ਆਪਣਾ ਕੋਈ ਕੰਟਰੋਵਰਸੀਆਂ ਅੱਜ ਇਹਤੇ ਚੱਲਦੀਆਂ, ਹਰ ਕੋਈ ਇਹ 'ਚ ਪਹਿਣਾ ਨਹੀਂ ਚਾਹੁੰਦਾ, ਪਰ ਮੈਂ ਇਹ ਦੋਨਾਂ ਜਾਣਿਆਂ ਦਾ ਮੈਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਵੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਤੇ ਬੇਨਤੀ ਕਰਨ 'ਤੇ ਇਹ ਜਿਹੜੇ ਸਾਡੇ ਚੇਅਰਮੈਨ ਨੇ ਜਿਹੜੇ ਆ ਫਿਲਮ ਸੈਂਸਰ ਬੋਰਡ ਦੇ, ਉਹਨਾਂ ਨਾਲ ਬਹਿ ਕੇ ਇਹ ਦੋਨੋਂ ਜਾਣਿਆਂ ਨੇ ਉਹ ਪਿਕਚਰ ਦੇਖੀ। ਪਿਕਚਰ ਦੇ ਵਿੱਚ ਬਿਲਕੁਲ ਉਹ ਸੀਨ ਨਹੀਂ ਹੋਣੇ ਚਾਹੀਦੇ,
ਉਹਨਾਂ ਨੇ ਉਸ ਗੱਲ ਨੂੰ ਮੰਨਿਆ ਹੈ। ਬਿਲਕੁਲ ਵੀ ਕੋਈ ਐਸਾ ਸੀਨ ਜਿਹੜਾ ਕਿ ਸਿੱਖ ਭਾਈਚਾਰੇ ਨੇ ਜੋ ਕਿਹਾ ਹੈ ਜਾਂ ਅਕਾਲ ਤਖਤ ਸਾਹਿਬ ਨੇ ਜੋ ਗੱਲ ਕਹੀ ਆ, ਉਹ ਬਿਲਕੁਲ ਵੀ ਐਸਾ ਕੋਈ ਸੀਨ, ਖਾਸ ਤੌਰ ਜਦੋਂ ਕੇਂਦਰ ਮੇਰੇ ਵਰਗੇ ਪੰਜਾਬ ਤੋਂ ਇੱਕ ਮੰਤਰੀ ਹੋਣ, ਤਾਂ ਇਹ ਜਦੋਂ ਵੀ ਇਹ ਗੱਲ ਧਿਆਨ 'ਚ ਆਈ ਉਦੋਂ ਹੀ ਇਹਦੇ ਉੱਤੇ ਵੱਡਾ ਡਿਸੀਜ਼ਨ ਲੈ ਕੇ, ਹਜੇ ਤਰੀਕ ਕਿਉਂਕਿ ਕੋਰਟ 'ਚ ਪਿਕਚਰ ਵਾਲੇ ਜਿਨ੍ਹਾਂ ਨੇ ਬਣਾਈ ਸੀ ਉਹ ਕੋਰਟ 'ਚ ਚਲੇ ਗਏ, ਹਾਈ ਕੋਰਟ ਚਲੇ ਗਏ ਮੁੰਬਈ 'ਚ, ਜਿਨ੍ਹਾਂ ਨੇ ਆਦੇਸ਼ ਦਿੱਤਾ ਸੀ। ਅਸੀਂ ਤਾਂ ਇਹਨੂੰ ਬਿਲਕੁਲ ਹੋਰ ਅਸੀਂ ਅੱਗੇ ਤਰੀਕ ਲਈ ਆ ਵੀ ਕੋਈ ਵੀ ਐਸੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਿਹਦੇ ਕਰਕੇ ਸਾਡੇ ਪੰਜਾਬੀਆਂ ਨੂੰ, ਸਾਡੇ ਸਿੱਖਾਂ ਨੂੰ, ਉਹਨਾਂ ਨੂੰ ਕੋਈ ਗੱਲ ਜਿਹੜੀ ਲੱਗੇ ਵੀ ਸਾਡੇ ਲਈ ਇਹ ਠੀਕ ਨਹੀਂ ਗੀ, ਅਤੇ ਉਹ 100% ਅਸੀਂ ਇੰਸ਼ੋਰ ਕਰਦੇ ਹਾਂ ਐਸੀ ਕੋਈ ਵੀ ਚੀਜ਼ ਉਹਦੇ ਵਿੱਚ ਨਹੀਂ ਦਿਖਾਈ ਜਾਊਗੀ। ਉਹਦੇ ਸੀਨ ਜਿਹੜੇ ਸਾਰੇ ਕੱਟ ਦਿੱਤੇ ਜਾਣਗੇ, ਕੱਟ ਦਿੱਤੇ ਗਏ ਨੇ, ਅਤੇ ਇਹਦੇ ਬਾਰੇ ਸਹਿਮਤੀ ਆ ਜਿਹੜੀ ਪਿਕਚਰ ਵਾਲਿਆਂ ਨੇ ਵੀ ਆ, ਜਿਹੜੀ ਜਿਨ੍ਹਾਂ ਦੀ ਮੂਵੀ ਆ ਉਹਨਾਂ ਨੇ ਵੀ ਜਿਤਾਈ ਆ, ਅਤੇ ਮੈਨੂੰ ਲੱਗਦਾ ਜਦੋਂ ਵੀ ਇਹ ਪਿਕਚਰ ਹੋਊਗੀ ਸਿੱਖਾਂ ਬਾਰੇ ਕੋਈ ਵੀ ਉਹਦੇ ਵਿੱਚ ਵਿਵਾਦਿਤ ਚੀਜ਼ ਜਿਹੜੀ ਆ ਉਹ ਨਹੀਂ ਦਿਖਾਈ ਜਾਊ। ਆਖੰਡ ਸਾਹਿਬ ਨੂੰ ਲੈ ਕੇ ਲਗਾਤਾਰ ਕਿਆਸ ਰਹੀਆਂ ਨੇ, ਕੀ ਕੋਈ ਨਾਰਾਜ਼ਗੀ ਹੈ? ਤੁਸੀਂ ਵੱਡੇ ਲੀਡਰ ਹੋ, ਤੁਹਾਡੀ ਲਗਾਤਾਰ ਮੁਲਾਕਾਤ ਹੁੰਦੀ ਰਹੀ ਹੈ, ਬਿਲਕੁਲ ਕੀ ਇਹੋ ਜਿਹੀ ਵਜ੍ਹਾ ਹੈ ਕਿ ਜਾਖੜ ਸਾਹਿਬ ਦੂਰ ਨਜ਼ਰ ਆ ਰਹੇ ਨੇ ਪਾਰਟੀ ਦੀਆਂ ਪ੍ਰਤੀਕਿਰਿਆ ਤੋਂ? ਨਹੀਂ ਦੇਖੋ, ਇਹ ਨਾ ਸਪੈਸ਼ਲ ਜਿਹੜੀ ਹਰਿਆਣਾ ਇਲੈਕਸ਼ਨ ਨੂੰ ਦੇਖ ਕੇ ਇਹ ਕਿਸੇ ਨੇ ਇਹ ਵਾਹ ਇਹ ਖਬਰ ਜਿਹੜੀ ਆ ਇਹ ਫਲੋਟ ਕੀਤੀ ਆ, ਉੜਾਈ ਆ, ਅਤੇ ਉਹ ਵਾਕਈ ਉਹ 'ਚ ਉਹ ਖਬਰ ਚੱਲ ਵੀ ਬੜੀ ਧੂਮ ਧੜਾਕੇ ਨਾਲ ਰਹੀ ਆ। ਜਦੋਂ ਇੱਕ ਜਨਰਲ ਸੈਕਟਰੀ ਇੰਚਾਰਜ ਜਿਹੜੇ ਸਾਡੇ ਪੰਜਾਬ ਦੇ ਨੇ ਬੀਜੇਪੀ ਵੱਲੋਂ, ਉਹਨਾਂ ਵੱਲੋਂ ਸਪਸ਼ਟ ਕਰ ਦਿੱਤਾ ਜਾਵੇ ਵੀ ਭਾਈ ਇਹ ਗੱਲ ਬਿਲਕੁਲ ਨਹੀਂ ਗੀ, ਮੇਰੀ ਉਹਨਾਂ ਨਾਲ ਗੱਲ ਹੋਈ ਆ, ਉਹ ਆਪਣੇ ਪਹਿਲਾਂ ਬਾਹਰ ਗਏ ਸੀ, ਉਹ ਨਿੱਜੀ ਕੰਮ ਨਾਲ, ਫਿਰ ਉਦੋਂ ਬਾਅਦ ਗੱਲ ਕੋਈ ਰਹਿ ਕੀ ਜਾਂਦੀ ਆ? ਮੈਨੂੰ ਇਹ ਤਾਂ ਦੱਸੋ ਨਾ, ਜੇ ਹਾਈ ਕਮਾਂਡ ਨੇ ਇਹ ਗੱਲ ਕਹਿਤੀ ਤਾਂ ਫਿਰ ਕੁਐਸਚਨ ਉੱਥੇ ਰਹਿ ਕਿੱਥੋਂ ਜਾਂਦਾ ਕੋਈ? ਉੱਥੇ ਜੇਕਰ ਗੱਲ ਸੀਐਮ ਮਾਨ ਦੀ ਕੀਤੀ ਜਾਵੇ ਤਾਂ ਸਿਹਤਯਾਬ ਹੋਣ ਤੋਂ ਬਾਅਦ ਉਹ ਪਿੰਡ ਸਤੌਜ ਦੇ ਵਿੱਚ ਪਹੁੰਚਦੇ ਨੇ, ਔਰ ਜਿੱਥੇ ਉਹਨਾਂ ਦੇ ਵੱਲੋਂ ਪਿੰਡ ਵਾਸੀਆਂ ਨੂੰ ਖਾਸ ਅਪੀਲ ਕੀਤੀ ਗਈ ਤਾਂ ਉੱਥੇ ਹੀ ਵਿਰੋਧੀਆਂ ਤੇ ਨਿਸ਼ਾਨੇ ਵੀ ਸਾਧੇ ਗਏ। ਕੀ ਕੁਝ ਕਿਹਾ ਸੀਐਮ ਮਾਨ ਨੇ, ਆਓ ਸੁਣਦੇ ਹਾਂ। ਜਦੋਂ ਤੁਸੀਂ ਕੋਈ MLA ਚੁਣਨਾ ਹੋਵੇ ਤਾਂ ਤੁਸੀਂ MLA ਮਾੜਾ ਨਿਕਲਿਆ ਹੋਵੇ, ਤੁਹਾਡੀਆਂ ਉਮੀਦਾਂ ਤੇ ਪੂਰਾ ਨਾ ਉਤਰੇ, ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜਾ ਇਹਨੂੰ ਜਾਣਦੇ ਸੀ, ਹੁਣ 65 ਪਿੰਡ ਪੈਂਦੇ ਨੇ, ਕੀ ਪਤਾ ਯਾਰ ਕਿੱਥੋਂ ਦਾ ਸੀ, ਅਸੀਂ ਤਾਂ ਯਾਰ ਪਾਰਟੀ ਦੇ ਮਗਰ ਲੱਗ ਕੇ ਵੋਟ ਪਾਤੀ, ਅਸੀਂ ਤਾਂ ਯਾਰ ਫਲਾਨੇ ਮਾਸਟਰ ਦੇ ਮਗਰ ਲੱਗ ਕੇ ਵੋਟ ਪਾਤੀ, ਫਲਾਨੇ ਦੇ ਫੁੱਫੜ ਮਗਰ ਲੱਗ ਕੇ ਵੋਟ ਪਾਤੀ, ਬੰਦੇ ਨੂੰ ਜਾਣਦੇ ਨਹੀਂ, ਅਗਲੀ ਵਾਰ ਇਹ ਗਲਤੀ ਨਹੀਂ ਕਰਦੇ। ਜੇ ਕੋਈ MP ਖੜਾ ਹੋਵੇ, ਸਾਡੇ 800 ਪਿੰਡ ਹੁੰਦੇ ਫਿਰ ਨਾਲ ਸ਼ਹਿਰ ਵੀ ਹੁੰਦੇ, ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀ ਯਾਰ, ਕੀ ਪਤਾ ਕਿੱਥੋਂ ਦਾ ਸੀ, ਕੀ ਕੀਤਾ ਹੋਇਆ, ਕਿਹਨੇ ਪਾਰਟੀ ਨੇ ਟਿਕਟ ਦਿੱਤੀ, ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ, ਝੰਡਾ ਚੱਕ ਲਿਆ ਯਾਰ, ਕੀ ਪਤਾ ਇਹੋ ਜਿਹਾ ਨਿਕਲੂਗਾ, ਮੁੜ ਕੇ ਆਇਆ ਨਹੀਂ ਯਾਰ, ਵੋਟਾਂ ਮਿਲ ਐਂ ਕਹਿੰਦਾ ਸੀ, ਤੁਸੀਂ ਬਿਲਕੁਲ ਸਹੀ ਹੋ ਉਹਦੇ 'ਚ, ਤੁਸੀਂ ਉਸ ਬੰਦਿਆਂ ਨੂੰ ਜਾਣਦੇ ਹੋ, ਪਰ ਜਦੋਂ ਸਰਪੰਚੀ ਅਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜਾ ਇਹਨੂੰ ਜਾਣਦੇ ਸੀ, ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲ ਰਹਿੰਦਾ ਜਿਹਨੂੰ ਤੁਸੀਂ ਸਰਪੰਚ ਹੋ, ਉਹਦਾ ਖਾਣ ਪੀਣ ਰਹਿਣ ਤੁਹਾਡੀਆਂ ਅੱਖਾਂ ਸਾਹਮਣੇ ਹੁੰਦਾ ਜਿਹਨੂੰ ਮੈਂਬਰ ਚੁਣਨਾ, ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਊਗੀ, ਵੀ ਤੁਸੀਂ ਤਾਂ ਜਾਣਦੇ ਸੀ ਯਾਰ, ਹੋ ਸਕਦਾ ਮੈਂ ਨਾ ਜਾਣਦਾ ਹੋਵਾਂ,
ਮੈਂ ਪਿੰਡ 'ਚ ਆਇਆ, ਮੈਂ ਘੱਟ ਆਉਣਾ ਪਿੰਡ 'ਚ, ਮੇਰੀ ਜ਼ਿੰਮੇਵਾਰੀ ਵੱਧ ਗਈ, ਪਰਮਾਤਮਾ ਨੇ ਹੋਰ ਕਿਤੇ ਲਾ ਦਿੱਤਾ। ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ 'ਚ ਕੀ, ਪਰ ਇੱਥੇ ਤਾਂ ਆਪਾਂ ਨੂੰ ਸਾਰੇ ਘਰਾਂ ਦਾ ਪਤਾ ਕਿਹਨਾਂ ਦੇ ਘਰੇ ਕਦੋਂ ਲੜਾਈ ਹੁੰਦੀ ਹੈ, ਕਿੰਨੇ ਵਜੇ ਬੰਦ ਹੁੰਦੀ ਹੈ, ਕਿੰਨੇ ਕੁ ਵਜੇ ਠੀਕ ਹੋ ਜਾਂਦੇ ਨੇ ਉਹ, ਕਿੰਨੇ ਕੁ ਵਜੇ ਥਾਣੇ ਜਾਂਦੇ ਨੇ, ਕਿੰਨੇ ਕੁ ਵਜੇ ਥਾਣੇ ਉਹ ਮੁੜੇ ਆਉਂਦੇ, ਸਾਰਾ ਤਾਂ ਪਤਾ ਆਪਾਂ ਨੂੰ। ਫਿਰ ਆ ਚੁਣਨ ਵੇਲੇ ਤਾਂ ਘੱਟੋ ਘੱਟ ਤੁਸੀਂ ਸਿਆਣਪ ਦਿਖਾਓ ਨਾ। ਮੈਂ ਬੇਨਤੀ ਕਰਨੀ ਆ, ਵੈਸੇ ਵੋਟਾਂ ਪਾਉਣੀਆਂ ਵੋਟਾਂ ਪਾਓ, ਵੋਟਾਂ ਪਾਉਣਾ ਹਰੇਕ ਦਾ ਡੈਮੋਕਰੈਟਿਕ ਰਾਈਟ ਹੈ, ਹੱਕ ਹੈ ਆਪਣਾ। ਬਾਬਾ ਸਾਹਿਬ ਸ਼ਹੀਦ ਸਾਹਿਬ ਅੰਬੇਦਕਰ ਨੇ ਲੈ ਕੇ ਦਿੱਤਾ ਹੋਇਆ। ਪਿੰਡ 'ਚ ਕਿੰਨੇ ਪੈਸੇ ਆਉਣੇ ਨੇ, ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਹੈ, ਪਿੰਡ 'ਚ ਦਿਹਾੜੀ ਕਿੰਨੀ ਕਰਨੀ ਹੈ, ਪਿੰਡ ਨੇ ਭਾਈਚਾਰਕ ਸਾਂਝ ਨਾਲ ਕਿਵੇਂ ਰਹਿਣਾ, ਇਹ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ। ਅਤੇ ਜੇ ਪੰਚਾਇਤ ਹੀ ਆਪਾਂ 25-25 ਲੱਖ ਰੁਪਈਆ ਲਾ ਕੇ ਜਾਂ ਇੱਕ ਦੂਜੇ ਦੇ ਪਰਚੇ ਕਰਾ ਕੇ ਚੁਣ ਲਈ, ਫਿਰ ਕਾਹਦੀ ਭਾਈਚਾਰੇ ਦੀ ਉਮੀਦ ਕਰਾਂਗੇ ਆਪਾਂ। ਮੈਂ ਕਿਸੇ ਪੰਜਾਬ 'ਚ 13,000 ਤੋਂ ਵੱਧ ਵੋਟਾਂ ਨੇ ਪਿੰਡ ਨੇ 13,000 ਤੋਂ ਵੱਧ ਵੋਟਾਂ ਪੈਣਗੀਆਂ 15 ਤਰੀਕ। ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਪਾਓ। ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣ ਆਇਆ ਕਿ ਕਿਹਨੂੰ ਵੋਟਾਂ ਪਾਓ, ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਣ ਦੇ ਨਾਤੇ, ਬਾਬੇ ਰਮਾਣੇ ਵਾਲੀਬਾਲ ਖੇਡੀ ਹੈ, ਉਦੋਂ ਜੰਡ ਹੁੰਦੇ ਸੀ, ਪੀਲ ਪਲਾਮਣ ਵੀ ਖੇਡੀ ਹੈ, ਮੈਸਾਂ ਚਾਰੀਆਂ ਹੋਈਆਂ ਨੇ, ਆ ਨਾਲੇ ਵਿੱਚ ਦੀ ਲੰਘੇ ਹੋਏ ਹਾਂ, ਇੱਕ ਦੂਜੇ ਨਾਲ ਪਿਆਰ ਹੈ, ਇੱਕ ਦੂਜੇ ਨਾਲ ਪੜ੍ਹੇ ਹੋਏ ਹਾਂ, ਐਸੇ ਸਕੂਲ 'ਚ ਕਰਮਜੀਤ ਬੈਠਾ, ਸਾਡੇ ਲਈ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਛ ਨਹੀਂ ਹੈਗਾ। ਤੁਹਾਡੇ ਪਿੰਡ ਨੂੰ ਤਾਂ ਪਰਮਾਤਮਾ ਨੇ ਐਡਾ ਵੱਡਾ ਮਾਣ ਦੇ ਦਿੱਤਾ, ਤੁਹਾਡੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ, ਇਸ ਤੋਂ ਬਾਅਦ ਹੋਰ ਕਿਹੜੀ ਪੱਤੀ ਚਾਹੀਦੀ। ਮੈਂ ਛੋਟਾ ਹੁੰਦਾ ਕਹਿੰਦਾ ਹੁੰਦਾ ਸੀ, ਇੱਥੇ ਬਜ਼ੁਰਗ ਬੈਠੇ ਹੋਣੇ, ਕਈਆਂ ਦੇ ਯਾਦ ਵੀ ਹੋਣਾ, ਵੀ ਇਹੋ ਜਿਹਾ ਕੁਛ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ, ਆਉਂਦੇ ਨੇ ਨਾ ਫਿਰ ਜਾਂ ਪਿੰਡ ਹੈ, ਲੋਕ ਆਉਂਦੇ ਆ ਨਾ ਫੋਟੋ ਖਿਚਾਉਣ, ਵੀ ਆਹ ਪਿੰਡ ਹੈ ਯਾਰ, ਇਹਨਾਂ ਨੇ ਕੀਤਾ ਕੰਮ, ਇਹ ਉਹ ਮੇਰਾ ਕੰਮ ਨਹੀਂ, ਕੰਮ ਤੁਸੀਂ ਕੀਤਾ। ਮੈਂ ਅਜੇ ਵੀ ਕਹਿਣਾ ਮੇਰੀ ਮਾਂ ਸਿਰ ਮੈਨੂੰ ਚੰਮਣ ਵਾਲੀ ਹੈ, ਰਹਿੰਦਾ ਮੈਂ ਹੋਰ ਮਾਵਾਂ 'ਚ, ਰਹਿੰਦਾ ਮੈਂ ਨਰੇਗਾ ਵਾਲੀਆਂ 'ਚ, ਰਹਿੰਦਾ ਮੈਂ ਹੋਰ ਬਹੁਤ ਦੁਖੀ ਮਾਵਾਂ ਪਈਆਂ ਧਰਤੀ 'ਤੇ, ਮੇਰੀ ਮਾਂ ਤਾਂ ਸੁਖੀ ਹੈ, ਵਧੀਆ ਰੋਟੀ ਖਾਂਦੀ ਹੈ ਦੋਨੇ ਟਾਈਮ, ਟੈਲੀਵਿਜ਼ਨ ਉਹਦੇ ਕੋਲ, ਪੱਖਾ ਚੱਲਦਾ, ਏਸੀ ਚੱਲਦਾ, ਬਹੁਤ ਸਾਰੀਆਂ ਮਾਵਾਂ ਨੇ ਜਿਹੜੀਆਂ ਕੋਲ ਪੱਖਾ ਨਹੀਂ ਹੈਗਾ, ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਪੱਕੂਗੀ ਜਾਂ ਨਾ, ਮੈਨੂੰ ਉਹਨਾਂ ਦਾ ਫਿਕਰ, ਉਹ ਮੈਥੋਂ ਉਮੀਦ ਕਰਦੀਆਂ ਨੇ ਕਿ ਜਿਹੜਾ ਇਹ ਚੁਣਿਆ ਨਵਾਂ ਮੁੰਡਾ, ਇਹ ਸਾਡਾ ਕੁਛ ਕਰੂਗਾ, ਸਾਨੂੰ ਨੌਕਰੀ ਦੇਊਗਾ, ਸਾਡੇ ਘਰ ਦੀ ਕਮੀਜ਼ਦਾਰੀ ਲੀਨ 'ਤੇ ਚੜ ਜੂਗੀ। ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ, ਮਾਵਾਂ ਮਿਲਣ ਵੀ ਆਉਂਦੀਆਂ, ਤੁਸੀਂ ਮੁੰਡੇ ਪੜ੍ਹੇ ਲਿਖੇ ਹੋ, ਤੁਸੀਂ ਉੱਤੇ ਵੀ ਦੇਖਦੇ ਹੋ, ਵਿਰੋਧੀ ਵੀ ਬਹੁਤ ਹੈ, ਉਹਨਾਂ ਨੇ ਤਾਂ ਕਰਨਾ ਹੀ ਕਰਨਾ। ਹੁਣ ਜਿਹਨੂੰ ਕੁਛ ਨਹੀਂ ਮਿਲਿਆ ਜਾਂ ਜਿਹਨਾਂ ਦੀ ਆਪਾਂ ਗੱਡੀ ਲੀਹ ਤੋਂ ਲਾਹਤੀ, ਬਈ ਉਹ ਹੁਣ ਟਿੱਕ ਕੇ ਥੋੜ੍ਹੀ ਬਹਿਣਗੇ, ਹੁਣ ਜੇ ਸੱਪ ਵੀ ਮਾਰੀਏ, ਜਿੰਨਾ ਮਰਜ਼ੀ ਸਿਰ ਵਾਲੇ ਪਾਸੇ ਕੁੱਟ ਲਈਏ, ਅੱਧਾ ਘੰਟਾ ਪੂਛ ਤਾਂ ਹਿੱਲੀ ਜਾਂਦੀ ਰਹਿੰਦੀ ਹੈ, ਤਾਂ ਹੁਣ ਪੂਛ ਤਾਂ ਹਿੱਲੂ ਉਹਨਾਂ ਦੀ, ਹੁਣ ਕੀ ਕਰੀਏ, ਸਿਰ ਤਾਂ ਕੁੱਟਦੇ ਤੁਸੀਂ, ਸਿਰ ਤਾਂ ਕੁੱਟਦੇ। ਨਿਊਜ਼ ਦਿਸ ਵੀਕ ਦੀ ਇਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇੰਨਾ ਹੀ, ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ, ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ।